ਕਿਸਾਨ ਸੰਘਰਸ਼ ਦੌਰਾਨ ਖਨੌਰੀ ਸਰਹੱਦ ਉੱਪਰ ਮਾਰੇ ਗਏ ਸ਼ੁਭਕਰਨ ਸਿੰਘ ਦੇ ਪਿੰਡ ਬੱਲੋਂ ਵਿੱਚ ਸੋਗ ਦਾ ਮਾਹੌਲ ਹੈ। ਸ਼ੁਭਕਰਨ ਸਿੰਘ ਦੇ ਘਰ ਪਿੰਡ ਦੇ ਲੋਕਾਂ ਅਤੇ ਵੱਖ ਵੱਖ ਕਿਸਾਨ ਸੰਗਠਨਾਂ ਦੇ ਕਾਰਕੁਨਾਂ ਦਾ ਆਉਣਾ ਲਗਾਤਾਰ ਜਾਰੀ ਏ। ਕਿਸਾਨਾਂ ਵੱਲੋਂ MSP ਦੀ ਗਰੰਟੀ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਬੁੱਧਵਾਰ ਨੂੰ ਸ਼ੁਭਕਰਨ ਸਿੰਘ ਦੀ ਕਥਿਤ ਤੌਰ ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਪਿੰਡ ਦੇ ਲੋਕਾਂ ਮੁਤਾਬਕ ਸ਼ੁਭਕਰਨ ਸਿੰਘ ਕੋਲ ਸਿਰਫ 2 ਏਕੜ ਜ਼ਮੀਨ ਹੈ ਅਤੇ ਉਸਦੇ ਪਿਤਾ ਇੱਕ ਸਕੂਲ ਵੈਨ ਵਿੱਚ ਹੈਲਪਰ ਦਾ ਕੰਮ ਕਰਦੇ ਨੇ। ਗੱਭਰੂ ਪੁੱਤ ਮੁੱਕ ਗਿਆ ਵੀ ਕੱਲ੍ਹ ਦੀ ਵੀ ਰੋਟੀ ਬੰਦ ਹੋਈ ਪਈ ਹੈ ਪਿੰਡ ਦੀ, ਵੀ ਔਖਾ ਤਾਂ ਬਹੁਤ ਹੋ ਜਾਂਦਾ। ਇਕੱਲਾ ਬੱਚਾ ਸੀਗਾ ਅਤੇ 2 ਭੈਣਾਂ ਨੂੰ ਅਤੇ 1 ਭਰਾ ਸੀਗਾ, ਅਤੇ ਚੱਲ ਵਿਚਾਰੀਆਂ ਉਹਦੇ ਸਿਰ 'ਤੇ ਭੱਜੀਆਂ ਫਿਰਦੀਆਂ ਸੀ। ਦਾਦੀ ਵੀ ਭੱਜੀ ਫਿਰਦੀ ਸੀ, ਭੈਣਾਂ ਵੀ ਭੱਜੀਆਂ ਫਿਰਦੀਆਂ ਸੀ। ਹੁਣ ਦਾਦੀ ਵੀ ਖੂੰਜੇ ਲੱਗ ਕੇ ਬਹਿਗੀ, ਭੈਣਾਂ ਵੀ ਖੂੰਜੇ ਲੱਗ ਕੇ ਬਹਿਗੀਆਂ। ਔਖਾ ਬਹੁਤ ਹੋ ਜਾਂਦਾ ਇਕੱਲੇ ਬੱਚੇ ਦਾ ਜੀ। ਕੁੜੀ ਦਾ ਵਿਆਹ ਕਰਿਆ ਜੀ, 1.5 ਕਿੱਲਾ ਦੇ ਬਾਏ ਕਰਿਆ ਪੈਲੀ ਦਾ। ਜੇ 1.5 ਕਿੱਲਾ ਬਾਏ ਕਰਕੇ ਫਿਰ ਹੋਰ ਜ਼ਿਮੀਂਦਾਰ ਕੋਲ ਕੀ ਹੁੰਦਾ ਜੀ, ਜ਼ਮੀਨ ਹੀ ਹੁੰਦੀ ਹੈ। ਅਤੇ ਹੁਣ ਦੂਜੀ ਗੁੱਡੀ ਆ ਵਿਚਾਰੀ ਬਿਆਹ ਹੋਣ ਵਾਲੀ, ਚੱਲ ਆ ਰਿਹਾ ਵੀ ਉਹਨੂੰ ਕੋਈ ਨੌਕਰੀ ਮਿਲ ਜੇ, ਕੋਈ ਇਹਨਾਂ ਨੂੰ ਸਹਾਇਤਾ ਮਿਲੇ ਵਿਚਾਰਿਆਂ ਨੂੰ। 3 ਘੰਟੇ ਬਾਅਦ ਪਤਾ ਲੱਗਿਆ। ਪਿੰਡ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਸ਼ੁਭਕਰਨ ਸਿੰਘ ਦਾ ਪਰਿਵਾਰ ਸਮਾਜ ਸੇਵਾ ਦੇ ਕੰਮਾਂ ਵਿੱਚ ਸ਼ੁਰੂ ਤੋਂ ਹੀ ਵੱਧ ਚੜ ਕੇ ਹਿੱਸਾ ਲੈਂਦਾ ਸੀ ਅਤੇ ਉਸ ਦੀ ਮੌਤ ਕਾਰਨ ਲੰਗੀ ਰਾਤ ਪਿੰਡ ਦੇ ਘਰਾਂ ਵਿੱਚ ਚੁੱਲ੍ਹੇ ਤੱਕ ਨਹੀਂ ਬਲੇ। ਜਿਵੇਂ ਕਿਸਾਨੀ ਅੰਦੋਲਨ ਪਹਿਲਾਂ ਵੀ 2020 ਦੇ ਵਿੱਚ ਇਹ ਉਦੋਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਜਾਂਦਾ ਰਿਹਾ ਹੈਗਾ। ਹਰ ਇੱਕ ਜਿੱਥੇ ਕੋਈ ਸਮਾਜ ਸੇਵੀ ਵਾਲਾ ਕੰਮ ਹੁੰਦਾ ਸੀ, ਹਰ ਇੱਕ ਪਾਸੇ ਵੱਧ ਚੜ ਕੇ ਹਿੱਸਾ ਲੈਂਦਾ ਸੀਗਾ। ਅਤੇ ਹੁਣ ਵੀ ਇਹ 13 ਤਰੀਕ ਤੋਂ ਗਿਆ ਸੀ ਜੀ ਇੱਥੇ ਆਪਣੇ ਧਰਨੇ 'ਤੇ ਖਨੌਰੀ ਬਾਰਡਰ 'ਤੇ। ਅਤੇ ਪਰ ਸਾਨੂੰ ਇਹ ਉਮੀਦ ਨਹੀਂ ਸੀ ਹੈਗੀ ਗੀ ਕਿ ਵੀ ਇੱਦਾਂ ਬੱਚੇ ਦੇ ਨਾਲ ਇਹ ਚੀਜ਼ ਹੋ ਜੂਗੀ, ਵੀ ਸਰਕਾਰਾਂ ਇੱਦਾਂ ਦਾ ਕੋਈ ਉਹ ਕਰਨਗੀਆਂ। ਪਿੰਡ ਦੇ ਵਿੱਚ ਸਾਰੇ ਵਿੱਚ ਗਮੀ ਦਾ ਮਾਹੌਲ ਆ ਜੀ। ਕਿਸੇ ਦੇ ਘਰ ਵੀ ਕਹਿੰਦੇ ਕਹਿ ਸਕਦੇ ਵੀ ਰੋਟੀ ਨਹੀਂ ਪੱਕੀ ਹੈਗੀ ਕੱਲ੍ਹ। ਬਹੁਤ ਹੀ ਮਾੜਾ ਕਹਿ ਸਕਦੇ ਹਾਂ, ਨਿੰਦਣਯੋਗ ਕਹਿ ਸਕਦੇ ਹਾਂ ਇਸ ਚੀਜ਼ ਨੂੰ, ਵੀ ਬਹੁਤ ਹੀ ਮਾੜਾ ਹੋਇਆ। ਉਹਨਾਂ ਦਾ ਪਰਿਵਾਰ ਤਾਂ ਸਾਰਾ ਮੁੱਦਾ ਹੀ ਵੱਜ ਗਿਆ, ਇੱਕ ਤਰ੍ਹਾਂ ਦਾ ਘਰ ਹੀ ਮੁੱਦਾ ਵੱਜ ਗਿਆ, ਜਦਕਿ ਪਰਿਵਾਰ ਦੇ ਵਿੱਚ ਕੋਈ ਰਿਹਾ ਹੀ ਨਹੀਂ ਹੈ। ਅਤੇ ਸਰਕਾਰਾਂ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਵੀ ਇਹਨਾਂ ਦਾ ਕਰਜ਼ਾ ਉਹ ਮਾਫ਼ ਕੀਤਾ ਜਾਵੇ, ਜੋ ਵੀ ਇਹਨਾਂ ਨੂੰ ਸਹਾਇਤਾ ਵਿੱਤੀ ਸਹਾਇਤਾ ਦਿੱਤੀ ਜਾਵੇ, ਅਤੇ 1 ਭੈਣ ਨੂੰ ਛੋਟੀ ਨੂੰ ਨੌਕਰੀ ਵੀ ਦਿੱਤੀ ਜਾਵੇ। ਵੈਸੇ ਸਰਕਾਰਾਂ ਤੋਂ ਉਮੀਦ ਤਾਂ ਅਸੀਂ ਬਾਹਲੀ ਰੱਖਦੇ ਨਹੀਂ। ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ ਨਹੀਂ ਮਿਲਦਾ, ਉਨਾ ਚਿਰ ਉਸਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਜਿਹਦੇ ਘਰ ਦਾ ਅੱਜ ਚਿਰਾਗ ਬੁਝ ਗਿਆ, ਉਸ ਘਰ ਦੇ ਵਿੱਚ ਅੱਜ ਕੁਛ ਨਹੀਂ ਰਹਿ ਗਿਆ। ਅਤੇ ਇੱਥੇ ਆ ਕੇ ਬਹੁਤ ਦੁੱਖ ਦੀ ਘੜੀ ਆ ਅਤੇ ਬਹੁਤ ਜ਼ਿਆਦਾ ਮਨ ਖਰਾਬ ਹੁੰਦਾ। ਜਦੋਂ ਦੀ ਅਸੀਂ ਕੱਲ੍ਹ ਦੀ ਇਹ ਗੱਲ ਸੁਣੀ ਹੈ, ਸਾਡਾ ਸਿੱਧੂਪੁਰ ਯੂਨੀਅਨ ਦੇ ਸਾਰਿਆਂ ਨੂੰ ਸਾਨੂੰ ਇੰਨਾ ਜ਼ਿਆਦਾ ਬਹੁਤ ਵੱਡਾ ਘਾਟਾ ਪੈ ਗਿਆ। ਇਹ ਸਰਕਾਰਾਂ ਜ਼ਿੰਮੇਵਾਰ ਹੈ ਅਤੇ ਸਰਕਾਰਾਂ ਇਹ ਬੱਚੇ ਦੀ ਹੁਣ ਅੱਜ ਸੁਣਵਾਈ ਕਰਨ, ਤਾਂ ਅਸੀਂ ਉਹਦੀ ਉੱਥੋਂ ਦੇਹ ਲਿਆ ਕੇ ਲਾਸ਼ ਲਿਆ ਕੇ ਫਿਰ ਅਸੀਂ ਸੰਸਕਾਰਾਂ ਕਰਾਂਗੇ। ਨਹੀਂ, ਅਸੀਂ ਉਹਨਾਂ ਚਿਰ ਸੰਸਕਾਰ ਨਹੀਂ ਕਰਦੇ ਜਿੰਨਾ ਚਿਰ ਸਰਕਾਰ ਸਾਨੂੰ ਕੋਈ ਕਿਸੇ ਗੱਲ ਨੂੰ ਸਾਡੀ ਨੂੰ ਰਾਹ ਨਹੀਂ ਪਾਉਂਦੀ। ਸਾਰੀਆਂ ਮੰਗਾਂ ਲੈ ਕੇ ਸਭ ਕੁਛ ਲੈ ਕੇ ਅਸੀਂ ਫਿਰ ਸੰਸਕਾਰ ਕਰਾਂਗੇ ਬੱਚੇ ਦਾ।